ਸ਼੍ਰੀਕਾਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਰਬਜੀਤ ਕੌਰ ਪੰਜਾਬੀ ਖਬਰਾਂ ਦੇ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਅਕਾਲੀ ਦਲ ਟਕਸਾਲੀਆ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ ਬੀਬੀ ਖਾਲੜਾ ਨਾ ਲੜਨ ਲੋਕ ਸਭਾ ਚੋਣਾਂ। ਕਾਂਗਰਸ ਨੇ ਸਿੱਧੂ ਜੋੜੇ ਨੂੰ ਫਿਰ ਕੀਤਾ ਨਾਰਾਜ਼, ਚੰਡੀਗੜ੍ਹ ਦੀ ਸਟਾਰ ਕੰਪੇਨਰ ਦੀ ਲਿਸਟ ਵਿੱਚੋਂ ਕੱਢਿਆ ਸਿੱਧੂ ਜੋੜੇ ਦਾ ਨਾਂ। ਲੁਧਿਆਣਾ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਤੇ ਬੈਂਸ ਨੇ ਕੀਤੀ ਰੇਡ, ਬੈਂਸ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਕੀਤਾ ਵਾਅਦਾ। ਸੰਗਰੂਰ ਵਿੱਚ ਪੀਡੀਏ ਦਾ ਉਮੀਦਵਾਰ ਜੱਸੀ ਜਸਰਾਜ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ, ਇਹ ਕਹਿਣਾ ਹੈ ਸਿਮਰਜੀਤ ਸਿੰਘ ਬੈਂਸ ਦਾ। ਨਵਜੋਤ ਸਿੰਘ ਸਿੱਧੂ ਹੋਏ ਲੋਹੇ ਲਾਖੇ, ਕਿਹਾ ਮੇਰੀ ਪਤਨੀ ਨਹੀਂ ਹੈ ਕੋਈ ਟਿੱਪਣੀ। ਸੁਨੀਲ ਜਾਖੜ ਨੇ ਅਕਾਲੀ ਦਲ ਉੱਤੇ ਕੀਤੇ ਤਿੱਖੇ ਸ਼ਬਦੀ ਵਾਰ, ਕਿਹਾ ਅਕਾਲੀ ਦਲ ਆਪਣੀਆਂ ਬੇਵਕੂਫੀਆਂ ਤੇ ਪਰਦਾ ਪਾਉਣ ਲਈ ਐਸਆਈਟੀ ਦਾ ਕਰ ਰਿਹਾ ਵਿਰੋਧ। ਨਮੋ ਟੀਵੀ ਆਇਆ ਵਿਵਾਦਾਂ ਦੇ ਘੇਰੇ ਵਿੱਚ, ਬਿਨਾਂ ਲਾਇਸੈਂਸ ਦੇ ਹੀ ਚੱਲ ਰਿਹਾ ਹੈ ਨਮੋ ਟੀਵੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਖਡੂਰ ਸਾਹਿਬ ਤੋਂ ਜਨਰਲ ਜੇ ਜੇ ਸਿੰਘ ਦੀ ਉਮੀਦਵਾਰੀ ਵਾਪਸ ਨਹੀਂ ਲਈ ਜਾਵੇਗੀ, ਇਹ ਕਹਿਣਾ ਹੈ ਅਕਾਲੀ ਦਲ ਟਕਸਾਲੀ ਦੇ ਆਗੂਆਂ ਦਾ। ਬੀਤੇ ਦਿਨ ਅੰਮ੍ਰਿਤਸਰ ਵਿਖੇ ਅਕਾਲੀ ਦਲ ਟਕਸਾਲੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਦਰਅਸਲ ਪੰਜਾਬੀ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਕਸਾਲੀਆਂ ਨੂੰ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਜੇ ਸਿੰਘ ਦੀ ਉਮੀਦਵਾਰੀ ਵਾਪਸ ਲੈਣ ਦੀ ਅਪੀਲ ਕੀਤੀ ਸੀ, ਪਰ ਬੀਤੇ ਦਿਨ ਟਕਸਾਲੀਆਂ ਨੇ ਇਹ ਸਾਫ਼ ਕਰ ਦਿੱਤਾ ਕਿ ਜਨਰਲ ਜੇ ਸਿੰਘ ਦੀ ਉਮੀਦਵਾਰੀ ਵਾਪਸ ਨਹੀਂ ਲਈ ਜਾਵੇਗੀ। ਉਹਨਾਂ ਕਿਹਾ ਕਿ ਖਹਿਰਾ ਨੇ ਪਹਿਲਾਂ ਕਿਉਂ ਨਹੀਂ ਬੀਬੀ ਖਾਲੜਾ ਦਾ ਨਾਂ ਲਿਆ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਲਗਾਤਾਰ ਸਿੱਧੂ ਜੋੜੇ ਨੂੰ ਨਜ਼ਰਅੰਦਾਜ਼ ਕਰਦੀ ਨਜ਼ਰ ਆ ਰਹੀ ਹੈ। ਕਾਂਗਰਸ ਨੇ ਸਿੱਧੂ ਦੰਪਤੀ ਦੇ ਜ਼ਖਮਾਂ ਉੱਤੇ ਲੂਣ ਛਿੜਕਦਿਆਂ ਹੁਣ ਇੱਕ ਹੋਰ ਐਲਾਨ ਕਰ ਦਿੱਤਾ ਹੈ। ਦਰਅਸਲ ਕਾਂਗਰਸ ਨੇ ਹੁਣ ਚੰਡੀਗੜ੍ਹ ਲਈ ਸਟਾਰ ਕੰਪੇਨਰ ਦੀ ਲਿਸਟ ਵਿੱਚੋਂ ਸਿੱਧੂ ਜੋੜੇ ਦਾ ਨਾਂ ਹੀ ਕੱਢ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਚੋਣ ਲੜਨ ਲਈ ਟਿਕਟ ਦੀ ਮੰਗ ਕਰ ਰਹੀ ਸੀ, ਪਰ ਪਾਰਟੀ ਹਾਈਕਮਾਂਡ ਨੇ ਪਵਨ ਬਾਂਸਲ ਨੂੰ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ, ਜਿਸ ਕਾਰਨ ਸਿੱਧੂ ਦੰਪਤੀ ਪਾਰਟੀ ਤੋਂ ਨਾਰਾਜ਼ ਹੋ ਗਏ। ਨਾਲ ਹੀ ਵਿਜ਼ਨ ਪੰਜਾਬ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਵਨ ਬਾਂਸਲ ਨੇ ਕਿਹਾ ਕਿ ਦਾਅਵੇਦਾਰੀ ਪੇਸ਼ ਕਰਨ ਵਾਲੇ ਕਾਂਗਰਸ ਦੇ ਤਿੰਨਾਂ ਉਮੀਦਵਾਰਾਂ ਵਿੱਚੋਂ ਸਿਰਫ ਉਹੀ ਇੱਕ ਯੋਗ ਉਮੀਦਵਾਰ ਸਨ। ਲੁਧਿਆਣਾ ਦੇ ਪਿੰਡ ਗੋਰਸੀਆਂ ਖਾਂ ਮੁਹੰਮਦ ਦੇ ਵਿੱਚ ਅੱਜ ਸਿਮਰਜੀਤ ਸਿੰਘ ਬੈਂਸ ਨੇ ਲਾਈਵ ਮਾਈਨਿੰਗ ਮਾਫੀਆ ਦੇ ਖਿਲਾਫ ਰੇਡ ਕੀਤੀ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮਾਈਨਿੰਗ ਦੀ ਰੇਡ ਸੰਬੰਧੀ ਠੇਕੇਦਾਰਾਂ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ, ਜਿਸ ਕਰਕੇ ਉਹ ਮੌਕੇ ਤੋਂ ਪਹਿਲਾਂ ਹੀ ਫਰਾਰ ਹੋ ਗਏ, ਪਰ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੂਰੀ ਤਫਤੀਸ਼ ਕਰ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਬੰਦ ਕਰਵਾਇਆ ਜਾਵੇਗਾ। ਦੂਜੇ ਪਾਸੇ ਠੇਕੇਦਾਰ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ। ਦੱਸ ਦਈਏ ਕਿ ਮੌਕੇ ਤੇ ਮਾਈਨਿੰਗ ਵਿਭਾਗ ਦੀ ਟੀਮ ਵੀ ਪਹੁੰਚੀ। ਟੀਮ ਦਾ ਕਹਿਣਾ ਹੈ ਕਿ ਇਸ ਥਾਂ ਦੀ ਮਿਣਤੀ ਕਰਵਾਈ ਜਾਵੇਗੀ ਅਤੇ ਜੇਕਰ ਮਾਈਨਿੰਗ ਗੈਰ ਕਾਨੂੰਨੀ ਹੋਈ ਤਾਂ ਕਾਰਵਾਈ ਵੀ ਕੀਤੀ ਜਾਵੇਗੀ। ਸੰਗਰੂਰ ਵਿੱਚ ਪੀਡੀਏ ਦਾ ਉਮੀਦਵਾਰ ਜੱਸੀ ਜਸਰਾਜ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ, ਇਹ ਕਹਿਣਾ ਹੈ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਦਾ। ਉਹਨਾਂ ਕਿਹਾ ਕਿ ਜਸਰਾਜ ਵਿੱਚ ਲੋਕਾਂ ਦੀ ਸੇਵਾ ਅਤੇ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਉਠਾਉਣ ਦਾ ਜਜ਼ਬਾ ਹੈ। ਉਹਨਾਂ ਕਿਹਾ ਕਿ ਜੱਸੀ ਜਸਰਾਜ ਉਹ ਯੋਧਾ ਹੈ ਜੋ 2014 ਵਿੱਚ ਬਾਦਲਾਂ ਨੂੰ ਚੁਣੌਤੀ ਦੇਣ ਲਈ ਬਠਿੰਡੇ ਵੀ ਗਿਆ ਸੀ। ਦੱਸ ਦਈਏ ਕਿ ਬੈਂਸ ਨੇ ਭਗਵੰਤ ਮਾਨ ਉੱਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਜੇਕਰ ਜਲਾਲਾਬਾਦ ਵਿੱਚ ਵੋਟਰਾਂ ਦੇ ਹਾਲਾਤ ਬਾਰੇ ਪੁੱਛਿਆ ਜਾਵੇ ਤਾਂ ਕੋਈ ਵੀ ਸੰਗਰੂਰ ਦਾ ਵੋਟਰ ਭਗਵੰਤ ਮਾਨ ਨੂੰ ਵੋਟ ਨਹੀਂ ਪਾਵੇਗਾ। ਉਹਨਾਂ ਕਿਹਾ ਕਿ 23 ਮਈ ਨੂੰ EVM ਦੀ ਰਿਪੋਰਟ ਕਾਰਡ ਨੇ ਸਭ ਕੁਝ ਸਾਫ਼ ਕਰ ਦੇਣਾ ਹੈ ਅਤੇ ਹੰਕਾਰੀਆਂ ਦਾ ਹੰਕਾਰ ਵੀ ਵੋਟਰ ਜ਼ਰੂਰ ਤੋੜਨਗੇ। ਮੇਰੀ ਪਤਨੀ ਕੋਈ ਟਿੱਪਣੀ ਨਹੀਂ ਹੈ, ਜਿਸ ਨੂੰ ਜਿੱਥੇ ਚਾਹਿਆ ਫਿੱਟ ਕਰ ਦਿੱਤਾ, ਇਹ ਕਹਿਣਾ ਹੈ ਨਵਜੋਤ ਸਿੰਘ ਸਿੱਧੂ ਦਾ। ਦੱਸ ਦਈਏ ਕਿ ਕਾਂਗਰਸ ਹਾਈਕਮਾਂਡ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਬਠਿੰਡਾ ਸੀਟ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਖਿਲਾਫ਼ ਲੜਾਏ ਜਾਣ ਦੇ ਫੈਸਲੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਸਵਾਲ ਚੁੱਕੇ ਨੇ। ਵਿਰੋਧੀਆਂ ਬਾਰੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਲੋਕਤੰਤਰ ਨੂੰ ਟ੍ਰੋਲ ਤੰਤਰ ਬਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਇਹ ਕਾਗਜ਼ੀ ਪਹਿਲਵਾਨ ਨੇ ਜੋ ਚੋਣਾਂ ਦੀ ਲੜਾਈ ਕਮਰਿਆਂ ਵਿੱਚ ਬੈਠ ਕੇ ਲੜਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੌਂਕੀਦਾਰ ਸ਼ਬਦ ਉੱਤੇ ਤੰਜ ਕੱਸਦੇ ਹੋਏ ਸਿੱਧੂ ਨੇ ਕਿਹਾ ਕਿ ਚੌਂਕੀਦਾਰ ਕਿਸੇ ਗਰੀਬ ਘਰ ਦੇ ਬਾਹਰ ਨਹੀਂ ਹੁੰਦਾ, ਉਹ ਅਮੀਰਾਂ ਦੇ ਘਰ ਦੇ ਬਾਹਰ ਹੁੰਦਾ ਹੈ। ਇਸੇ ਤਰ੍ਹਾਂ ਮੋਦੀ ਵੀ ਪੂੰਜੀਪਤੀਆਂ ਦਾ ਚੌਂਕੀਦਾਰ ਹੈ। ਜਦ ਤੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਭਾਜਪਾ ਪਾਰਟੀ ਦੇ ਆਗੂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਵਾਦਾਂ ਵਿੱਚ ਆ ਰਹੇ ਨੇ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਉੱਤੇ ਚੱਲਣ ਵਾਲਾ ਟੀਵੀ ਚੈਨਲ ਵੀ ਵਿਵਾਦਾਂ ਵਿੱਚ ਆ ਗਿਆ ਹੈ। ਦੱਸ ਦਈਏ ਕਿ ਨਮੋ ਟੀਵੀ ਨੇ ਕਦੇ ਵੀ ਪ੍ਰਸਾਰਣ ਲਾਇਸੈਂਸ ਲਈ ਅਰਜ਼ੀ ਨਹੀਂ ਦਿੱਤੀ ਅਤੇ ਨਾ ਹੀ ਇਸ ਦੇ ਕੋਲ ਜ਼ਰੂਰੀ ਸੁਰੱਖਿਆ ਮਨਜ਼ੂਰੀ ਹੈ ਜੋ ਪ੍ਰਸਾਰਣ ਕਾਨੂੰਨਾਂ ਤਹਿਤ ਗੈਰ ਕਾਨੂੰਨੀ ਹੈ। ਇਹ ਭਾਰਤ ਵਿੱਚ ਪ੍ਰਸਾਰਣ ਦੇ ਇਤਿਹਾਸ ਵਿੱਚ ਸੰਭਾਵਿਤ ਪਹਿਲਾ ਮਾਮਲਾ ਹੋਵੇਗਾ ਕਿ ਕੋਈ ਚੈਨਲ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਜਾਂ ਅਰਜ਼ੀ ਦਿੱਤੇ ਬਿਨਾਂ ਔਨ ਏਅਰ ਹੋਇਆ ਹੈ। ਦੱਸ ਦਈਏ ਕਿ ਚੈਨਲ ਦੇ ਲੋਗੋ ਵਿੱਚ ਪ੍ਰਧਾਨ ਮੰਤਰੀ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ ਤੇ ਇਸ ਉੱਤੇ PM ਮੋਦੀ ਦੇ ਭਾਸ਼ਣਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਅਕਾਲੀ ਦਲ ਟਕਸਾਲੀਆ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ ਬੀਬੀ ਖਾਲੜਾ ਨਾ ਲੜਨ ਲੋਕ ਸਭਾ ਚੋਣਾਂ। ਕਾਂਗਰਸ ਨੇ ਸਿੱਧੂ ਜੋੜੇ ਨੂੰ ਫਿਰ ਕੀਤਾ ਨਾਰਾਜ਼, ਚੰਡੀਗੜ੍ਹ ਦੀ ਸਟਾਰ ਕੰਪੇਨਰ ਦੀ ਲਿਸਟ ਵਿੱਚੋਂ ਕੱਢਿਆ ਸਿੱਧੂ ਜੋੜੇ ਦਾ ਨਾਂ। ਲੁਧਿਆਣਾ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਤੇ ਬੈਂਸ ਨੇ ਕੀਤੀ ਰੇਡ, ਬੈਂਸ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਕੀਤਾ ਵਾਅਦਾ। ਸੰਗਰੂਰ ਵਿੱਚ ਪੀਡੀਏ ਦਾ ਉਮੀਦਵਾਰ ਜੱਸੀ ਜਸਰਾਜ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈ, ਇਹ ਕਹਿਣਾ ਹੈ ਸਿਮਰਜੀਤ ਸਿੰਘ ਬੈਂਸ ਦਾ।
ਸੁਨੀਲ ਜਾਖੜ ਨੇ ਅਕਾਲੀ ਦਲ ਉੱਤੇ ਕੀਤੇ ਤਿੱਖੇ ਸ਼ਬਦੀ ਵਾਰ, ਕਿਹਾ ਅਕਾਲੀ ਦਲ ਆਪਣੀਆਂ ਬੇਵਕੂਫੀਆਂ ਤੇ ਪਰਦਾ ਪਾਉਣ ਲਈ ਐਸਆਈਟੀ ਦਾ ਕਰ ਰਿਹਾ ਵਿਰੋਧ। ਨਮੋ ਟੀਵੀ ਆਇਆ ਵਿਵਾਦਾਂ ਦੇ ਘੇਰੇ ਵਿੱਚ, ਬਿਨਾਂ ਲਾਇਸੈਂਸ ਦੇ ਹੀ ਚੱਲ ਰਿਹਾ ਹੈ ਨਮੋ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ, ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ, ਧੰਨਵਾਦ।